जिला कांग्रेस कमेटी के प्रधान साहबान उप प्रधान साहबान ब्लॉक प्रधान साहबाना अज ऑफिशियल ऑफिस का चार्ज देने वास्ते असीं आए सां। मैं ते अरुण जी हुरी पुराने सबका प्रधान से नाल ही नाल भारत जोड़ो यात्रा नूं लैके जिहड़ी राहुल गांधी 110 दिन का पड़ा तय करके आए है वो लोगों नूं असीं सुनेहा ते सद्दा दित्ता है कि जनवरी के पहले हफ्ते यात्रा पंजाब आ रही है, तुसीं इहदे विच शमूलियत करनी है। वध तों वध लोगों ने इस यात्रा शामिल हो के तुसीं इस यात्रा का साथ देना। यह यात्रा कांग्रेस की यात्रा नहीं है, यह महंगाई के खिलाफ, बेरोजगारी के खिलाफ, देश का संविधान बचाओ, संविधान बचाना है। और जिस प्रकार की राजनीति देश के अंदर चल रही है, आपस से भाईचारा तोड़न की गल, लोगों को आपस में लड़ाने की गल, उन्होंने खिलाफ ये यात्रा कढ़ी गई है। कन्याकुमारी तो कश्मीर तक पंजाब इहदा अखीरला पड़ा है। ਸੋ ਬਠਿੰਡੇ ਵਾਲਿਆਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਉਸ ਯਾਤਰਾ 'ਚ ਸ਼ਮੂਲੀਅਤ ਕਰਨ। ਪ੍ਰਧਾਨ ਜੀ, ਪ੍ਰਧਾਨ ਜੀ ਰਾਗ ਉੱਠਦਾ ਹੋ ਲੋ ਸੰਸਦ ਵਿੱਚ ਦਾ ਮੰਗ ਰੱਖੀ ਗਈ ਹੈ ਕਿ ਅਨੰਦਪੁਰ ਸਾਹਿਬ ਨੂੰ ਹੈਰੀਟੇਜ ਸਿਟੀ ਬਣਾਉਣਾ ਚਾਹੀਦਾ, ਵੱਖਰਾ ਫੰਡ ਦੇਣਾ ਚਾਹੀਦਾ। ਕੋਈ ਮਾੜੀ ਗੱਲ ਨਹੀਂ ਹੈ ਜੀ, ਜੇ ਅਨੰਦਪੁਰ ਸਾਹਿਬ ਨੂੰ ਹੈਰੀਟੇਜ ਸਿਟੀ ਬਣਾ ਦੇਣਗੇ ਤਾਂ ਕੋਈ ਮਾੜੀ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ, ਇਹ ਚੰਗੀ ਗੱਲ। ਪੰਜਾਬ ਸਰਕਾਰ ਦੇ 9 ਮਹੀਨੇ ਹੋ ਗਏ ਜੀ ਤੁਹਾਡਾ ਸਮਾਗਮ ਰੱਖਿਆ, ਬਹੁਤ ਸਾਰੇ ਜਿਹੜੇ ਤੁਹਾਡੇ ਕਾਂਗਰਸ ਦੇ ਟਿਕਟ ਤੇ ਜਿੱਤੇ ਹੋਏ ਕੌਂਸਲਰ, ਮੇਅਰ ਜਾਂ ਡਿਪਟੀ ਮੇਅਰ ਵਗੈਰਾ ਨਹੀਂ ਆਏ, ਤਾਂ ਕੀ ਤਾਂ ਲੱਗਦਾ ਕਿ ਜ਼ਰੂਰੀ ਸ਼ਾਸਨ ਭੰਗ ਕੀਤਾ? ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਆਵੇ, ਕਈ ਵਾਰੀ ਕਿਸੇ ਨੂੰ ਰੁਝੇਵੇਂ ਹੁੰਦੇ ਆ, ਉਹ ਨਹੀਂ ਆ ਸਕਦਾ। ਇਹ ਤਾਂ ਹੁਣ ਪ੍ਰੀਤਮ ਸਿੰਘ ਕੋਟਭਾਈ ਵੀ ਨਹੀਂ ਆਏ, ਉਹਨਾਂ ਦਾ ਪੁੱਤਰ ਆਇਆ ਸੀ। ਕਈ ਵਾਰੀ ਨਹੀਂ ਵੀ ਆਇਆ ਜਾਂਦਾ, ਕਾਂਗਰਸ ਦਾ ਵਰਕਰ ਅੱਜ ਵੱਧ ਚੜ ਕੇ ਔਰ ਕਾਂਗਰਸ ਦੇ ਜਿਹੜੇ ਜਿਨ੍ਹਾਂ ਨੇ ਕਾਂਗਰਸ ਦੀ ਮਾਂ ਕਿਹਾ ਜਾਂਦਾ ਹੈ, ਉਹ ਪਰਿਵਾਰਾਂ ਦੇ ਆਗੂ ਅੱਜ ਮੰਚ ਤੇ ਬੈਠ ਕੇ, ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਆਪਦਾ ਖੂਨ ਦੇ ਕੇ ਇੱਥੇ ਤੱਕ ਲਿਆਂਦਾ, ਉਹ ਅੱਜ ਸਾਰੇ ਮੰਚ ਤੇ ਸਨ। ਮੌਜੂਦਾ ਮੇਅਰ ਦੀ ਗੱਲ ਕੀਤੀ ਤਾਂ ਕਾਂਗਰਸ ਪਾਰਟੀ ਦਾ ਮੇਅਰ ਸਾਹਿਬ, ਚਲੋ ਕੋਈ ਗੱਲ ਨਹੀਂ ਜੀ, ਮੈਂ ਇਹੀ ਤਾਂ ਕਹਿਣਾ ਚਾਹਣਾ ਹੈ ਕਿ ਹੋ ਸਕਦਾ ਹੈ ਉਹ ਕਿਤੇ ਬਾਹਰ ਗਏ ਹੋਣ, ਲੇਕਿਨ ਭਾਵਨਾ ਕੀ ਹੋਣੀ ਚਾਹੀਦੀ ਹੈ ਕਿ ਹਰ ਵਿਅਕਤੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੇ। ਰਾਜੇ ਵੜਿੰਗ ਦੇ ਪ੍ਰੋਗਰਾਮ 'ਚ ਕੋਈ ਆਇਆ ਨਹੀਂ ਆਇਆ ਕੋਈ ਫਰਕ ਨਹੀਂ ਪੈਂਦਾ, ਲੇਕਿਨ ਕਾਂਗਰਸ ਪਾਰਟੀ ਦੀ ਮਜ਼ਬੂਤ ਦੀ ਗੱਲ ਕਰੇ, ਮੈਨੂੰ ਉਹ ਫਰਕ ਪੈਂਦਾ। ਤੁਸੀਂ ਕਹੀ ਕਿ ਫੇਸਬੁੱਕ ਤੇ ਕਿਸ ਤਰ੍ਹਾਂ ਤੇ ਜੇਕਰ ਕੋਈ ਬੰਦਾ ਲਾਈਵ ਹੋ ਕੇ ਬੋਲੇਗਾ ਤਾਂ ਉਸ ਨੂੰ 3 ਮਿੰਟਾਂ ਦੇ ਵਿੱਚ ਸਵਾਲ ਕਰ ਦੇ? ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਡਿਸਿਪਲਿਨ, ਕਿਉਂਕਿ ਦੇਖੋ ਜੀ, ਜਾਣ ਬੁੱਝ ਕੇ ਤੁਸੀਂ ਸਵਾਲ, ਮੈਨੂੰ ਲੱਗਦਾ ਵਾਰੀ ਵਾਰੀ ਖੁਰੇਦਣਾ ਨਹੀਂ ਚਾਹੀਦਾ, ਪਰ ਕਈ ਵਾਰੀ ਨਿਊਜ਼ ਬਣਾਉਣ ਦੇ ਮਾਰੇ ਲੋਕ ਖੁਰੇਦਦੇ ਰਹਿੰਦੇ ਆ। ਡਿਸਿਪਲਿਨ ਰਾਜੇ ਵੜਿੰਗ ਵਾਸਤੇ ਵੀ ਉਹੀ ਡਿਸਿਪਲਿਨ ਹੈ, ਉਹੀ ਕਿਸੇ ਆਮ ਵਿਅਕਤੀ ਵਾਸਤੇ। ਰਾਜਾ ਵੜਿੰਗ ਡਿਸਿਪਲਿਨ ਦੀ ਉਲੰਘਣਾ ਕਰੇਗਾ, ਕਾਰਵਾਈ ਰਾਜੇ ਵੜਿੰਗ ਤੇ ਵੀ ਹੋਣੀ ਚਾਹੀਦੀ। ਨੋਬਡੀ, ਹਾਂਜੀ, ਸੋ ਆਮ ਟੈਲਿੰਗ ਯੂ ਦ ਕਲੈਰਿਟੀ, ਕਿਸੇ ਨੂੰ ਵੀ ਪ੍ਰੋਬਲਮ ਹੈ, ਨੋਬਡੀ ਕੈਨ ਰਾਈਟ ਇਟ ਡਾਊਨ ਟੂ ਔਨ ਫੇਸਬੁੱਕ, ਔਨ ਸੋਸ਼ਲ ਮੀਡੀਆ, ਇਫ ਐਨੀਬਡੀ ਹੈਜ਼ ਅ ਪ੍ਰੋਬਲਮ, ਉਹ ਜਾ ਕੇ ਬੰਦੇ ਨੂੰ ਦੱਸ ਸਕਦਾ ਟੈਲੀਫੋਨ ਕਰਕੇ, ਅਸੀਂ ਉਹ ਦਿੱਕਤ ਸੁਣਾਂਗੇ ਤੇ ਆਪਦੇ ਚ ਸੁਧਾਰ ਲੈ ਕੇ ਆਵਾਂਗੇ। ਡਿਸਿਪਲਿਨ ਦਾ ਪਾਰਟ ਨਹੀਂ ਹੈ, ਕੋਈ ਨਹੀਂ ਆਇਆ, ਇਹ ਆਉਣਾ ਡਿਸਿਪਲਿਨ ਦਾ ਪਾਰਟ ਨਹੀਂ ਹੈ। ਨਹੀਂ ਆਇਆ, ਹੋ ਸਕਦਾ ਹੈ ਉਹਨੂੰ ਕੋਈ ਕੰਮ ਹੋਵੇ, ਹੋ ਸਕਦਾ ਉਹ ਚਾਹੁੰਦਾ ਹੋਵੇ ਇਸ ਪ੍ਰੋਗਰਾਮ ਮੈਂ ਨਾ ਸ਼ਾਮਿਲ ਹੋਵਾਂ, ਲੇਕਿਨ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੀ ਗੱਲ ਕਰੇ, ਕਾਂਗਰਸ ਪਾਰਟੀ ਨੂੰ ਕਮਜ਼ੋਰ ਦੀ ਗੱਲ ਨਾ ਕਰੇ। ਦੇਖੋ, ਕੋਈ ਵੀ ਵਿਅਕਤੀ ਹੈ, ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਹਜੇ ਸਾਡੇ ਆਗੂ ਨੇ, ਉਹਨਾਂ ਨੂੰ ਕੋਈ ਮਿਲਣ ਜਾਂਦਾ ਨਹੀਂ ਮਿਲਣ ਜਾਂਦਾ, ਮੈਨੂੰ ਇਸ ਗੱਲ ਦਾ ਕੀ ਇਤਰਾਜ਼ ਹੈ? ਕੋਈ ਵੀ ਜਾ ਸਕਦਾ ਹੈ, ਕੋਈ ਵੀ ਨਹੀਂ ਜਾ ਸਕਦਾ, ਹਰ ਬੰਦੇ ਨੇ ਆਪ ਦਾ ਦੇਖਣਾ। ਸਰ, ਤੁਸੀਂ ਕਿਹਾ ਸੀ ਲੋਕਾਂ ਦੀ ਆਵਾਜ਼ ਹੈ, ਕਾਂਗਰਸ ਲੋਕਾਂ ਦੀ ਆਵਾਜ਼ ਹੈ, ਤੁਹਾਡੇ ਹਲਕੇ ਦੀ ਕਾਨੂੰਨ ਵਿਵਸਥਾ ਬੜੀ ਕਿੱਡੀ ਰੋਇਤ ਹੈ, ਦੋ ਮਰਡਰ ਹੋਏ, ਕਿਡਨੈਪਿੰਗ ਹੋਈਆਂ, ਬੜਾ ਹੀਨੀਅਸ ਕ੍ਰਾਈਮ ਹੋਇਆ, ਔਰ ਪਰਿਵਾਰ ਇਹ ਕਹਿੰਦਾ ਕਿ ਸਾਨੂੰ ਰਾਜਾ ਵੜਿੰਗ ਨੇ ਆ ਕੇ ਸਾਡੀ ਸਾਰ ਨਹੀਂ ਰਹੀ, ਸਾਨੂੰ ਪੁੱਛਿਆ ਨਹੀਂ ਹੈ। 18 ਸਾਲ ਦੀ ਇੱਕ ਲੜਕੀ ਬੁੜੀ ਸੰਗਰ, ਜਿਸਦੇ ਹਸਬੈਂਡ ਦੀ ਮਰਡਰ ਹੋਇਆ 9 ਮਹੀਨੇ ਪਹਿਲਾਂ, ਉਸਨੇ ਇਹ ਗੱਲ ਕਹੀ ਹੈ ਮੀਡੀਆ ਦੇ ਸਾਹਮਣੇ ਆ ਕੇ, ਸਪੈਸ਼ਲੀ ਯੂਗਾ। ਹੋ ਸਕਦਾ ਤੁਹਾਡੇ ਚੈਨਲ ਦੇ ਉਹਨੇ ਗੱਲ ਕਹੀ ਹੋਵੇ, ਮੈਂ ਪੁੱਛਿਆ ਨਹੀਂ, ਬਟ ਮੈਂ ਉਹਦੇ ਘਰੇ ਅੱਜ ਵੀ ਸਵੇਰ ਜਾ ਕੇ ਆਇਆ, ਤੇ ਪਹਿਲਾਂ ਵੀ ਉਹ ਸਾਡੇ ਵਰਕਰ ਨੇ। ਹੋ ਸਕਦਾ ਗੁੱਸੇ ਦੇ ਵਿੱਚ ਜਦੋਂ ਕਿਸੇ ਦਾ ਭਰਾ ਚਲਾ ਜਾਵੇ, ਅੱਜ ਉਹਦਾ ਭਰਾ ਵਿਚਾਰੀ ਦਾ ਗਿਆ, ਮੈਨੂੰ ਕੋਈ ਦੁੱਖ ਨਹੀਂ ਹੈ ਜੇ ਮੈਨੂੰ 4 ਗਾਲਾਂ ਵੀ ਕੱਢ ਲਏਗੀ, ਉਹ ਸਾਡੀ ਧੀ ਧਿਆਣੀ ਹੈ,
अज घंटा मेरे नाल जफ्फी पा के थोनू फोटोआं थोड़े चैनल नू जरा जरूर भेज दूंगा ते जरूर दिखाओ जो हर वेले नैगेटिव न्यूज नहीं दिखानी चाहिए गल नहीं हो जफ्फी पा के अद्धा 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 घंटा मैडम आई डोंट हैव थोड़े सारे सवालों का मेरे को जवाब है नहीं मैं माफी चाहना अद्धा घंटा मेरे नाल वो गले लग के रोई गई है उन्होंने फोटो देंगे साड़ी ती त्याणी है जो उन्हें मैं कह भी दिता मैं कोई गुस्सा नहीं राहुल गांधी देश का प्रधानमंत्री बनाओ राहुल गांधी कांग्रेस पार्टी का प्रधान बनाओ हूं यह कहना भी हूं भारत है नहीं जुड़ना यह जिवें चंगा लगता मां का शेर उवें बोलता झाड़ू का बटन दबाया लोग पछता रहे ने लोग कह रहे ने साढ़े साढ़े चार साल असीं किवें बतीत करा धन्नवाद Thank you.